एगी दोवे पीते दोवे उस्ताद सोचा ले मेनू ना टीरा लगना तू कुत्ते नु टीरे ते देखना ही पता नहीं मुंह दा कौन तेरे बड़े भी सीन के लाड़ काने चूड़ काने पता नहीं थाड़ काने वाले तमीज तमीज ने गल कर तन्नू मैं दसा कौन मेनू हाथ ना चुकी मेरे ते आप देख उस कवर ऑफिशियल आ देखना सागना ऑफिशियल हेलो कपड़ा बड़ा महंगा है खराब ना करी तुसी बेफिक्र हो जाओ ਮੁੰਡਾ ਕਿਹਦਾ ਜਿਹਦੇ ਸੀਣਾ ਜੀ ਮੇਰਾ ਹੈ ਤੁਹਾਡਾ ਆਪਣਾ ਸੂਟ ਹੈ ਹਾਂਜੀ ਮੇਰਾ ਆਪਣਾ ਸੂਟ ਹੈ ਤੁਸੀਂ ਮੇਰੇ ਕੋਲ ਸਵਾਉਣ ਆਏ ਤੇ ਭਾਜੀ ਤੁਸੀਂ ਆਏ ਕਿੱਥੋਂ ਜਨਾਬ ਮੈਂ ਸਾਜੀ ਇੱਥੋਂ ਆਇਆ ਕੈਂਟ ਤੋਂ ਸਾਡਾ ਫਾਟਕ ਤੋਂ ਅੱਛਾ ਤੇ ਆਪਣਾ ਸੂਟ ਜਰਾ ਨਾ ਸੋਹਣਾ ਕਰਕੇ ਸੀਣਾ ਹੈਗਾ ਤੇ ਸੂਟ ਤੁਹਾਡਾ ਹੈ ਨਾ ਜੀ ਸੂਟ ਮੇਰਾ ਹੈਗਾ ਜੀ ਕੀ ਮੈਂ ਨਹੀਂ ਸੀਣਾ ਵਜ੍ਹਾ ਨਹੀਂ ਭਾਜੀ ਮੈਂ ਨਹੀਂ ਸੀਣਾ ਵਜਾ ਉਹ ਭਾਜੀ ਮੇਰੇ ਕੋਲ ਇੰਨਾ ਟਾਈਮ ਨਹੀਂ ਤੁਹਾਡਾ ਸੂਟ ਵੇਖੋ ਤੁਸੀਂ ਕੌਣ ਸੀ ਸਕਦਾ ਹੈ ਆਮ ਬੰਦੇ ਦਾ ਕੰਮ ਹੀ ਨਹੀਂ ਤੁਸੀਂ ਭਾਜੀ ਉੱਥੇ ਜਾਓ ਜਿੱਥੇ ਤੰਬੂ ਕਨਾਤਾਂ ਸੀਂਦੇ ਨੇ ਨਾ ਉਹ ਜਲਾ ਉਹਨਾਂ ਕੋ ਵੀ ਟਾਈਮ ਲੱਗਣਾ ਲੇਕਿਨ ਸੀ ਦੇਣਗੇ ਤੁਹਾਨੂੰ ਇਹ ਮੈਂ ਕਹਿ ਦਿੰਦਾ ਮੇਰਾ ਦੋਸਤ ਹੈਗਾ ਮੁੰਡਾ ਤਸਲੀਮ ਉਹਦੇ ਕੋਲ ਤੁਸੀਂ ਚੱਲੇ ਜਾਓ ਤੁਹਾਨੂੰ ਬਣਾ ਦੇਗਾ ਉਹ ਨਹੀਂ ਨਹੀਂ ਮੈਂ ਉਸਤਾਦ ਇੱਥੇ ਸਵਾਣਾ ਹੈ ਮੇਰੇ ਘਰ ਦੇ ਨੇੜੇ ਪੈਂਦਾ ਮੇਰੀ ਸੁਣੋ ਗੱਲ ਹਾਂਜੀ ਇਹ ਸੂਟ ਹੈਗਾ ਜੀ ਅੱਛਾ ਤੇ ਉਸਤਾਦ ਇਹਨੂੰ ਡਬਲ ਡੋਰੀ ਦੇ ਨਾਲ ਸੀਣਾ ਹੀ ਡਬਲ ਸਿਲਾਈ ਦੇ ਵਿੱਚ ਡਬਲ ਗੋਲੀ ਨਾਲ ਡੋਰੀ ਨਹੀਂ ਹੁੰਦੀ ਡੋਰੀ ਇੱਥੇ ਜੋ ਚਮਕੀਲੀ ਜੀ ਡੋਰੀ ਲੱਗਦੀ ਹੈ ਅੱਛਾ ਅੱਛਾ ਉਹਦੀ ਡਬਲ ਪੱਟੀ ਬਣਾਣੀ ਹੈ ਉਹ ਜਿਹੜੇ ਇੰਜ ਕਰਕੇ ਤਸਮੇ ਜੇ ਪਏ ਹੁੰਦੇ ਨੇ ਇਹ ਬੂਟ ਇਹਨੂੰ ਤਸਮੇ ਪੈਣਾ ਨਹੀਂ ਤੁਸੀਂ ਮੂੰਹ ਤੇ ਤੁਹਾਡਾ ਬੂਟ ਪਾਉਣਾ ਯਾਰ ਤਰਸੀ ਮੇਰੀ ਗੱਲ ਸੁਣ ਆਪਣੇ ਕੰਨ ਖੋਲ ਕੇ ਜ਼ਰਾ ਜੀ ਜੀ ਇਹ ਡਬਲ ਇੱਕ ਡੋਰੀ ਜੀ ਨਹੀਂ ਹੁੰਦੀ ਮੋਟੀ ਜੀ ਹਾਂਜੀ 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 ਤੇ ਸਲਾਈਆਂ ਦੀ ਡਬਲ ਰੱਖਣੀ ਹੈ ਹਾਂ ਹਾਂ ਤੇ ਦੋ ਇਹਦੀਆਂ ਜੇਬਾਂ ਸਾਈਡ ਵਾਲੀਆਂ ਹਾਂ ਇੱਕ ਇਹਦੀ ਸਲਵਾਰ ਦੀ ਵੱਡੀ ਜੇਬ ਰੱਖਣੀ ਹੈ ਅੱਛਾ ਇੰਨੀਆਂ ਜੇਬਾਂ ਕੀ ਕਰਨੀਆਂ ਭਾਜੀ ਪੈਸਾ ਤੇ ਤੁਹਾਡੇ ਕੋਲ ਹੁੰਦਾ ਨਹੀਂ ਯਾਰ ਤੂੰ ਮੰਨ ਲੈ ਬਦਲ ਜੇਬਾਂ ਸੀ ਮੇਰਾ ਕੰਮ ਹੈ ਮੈਂ ਤੇ ਜੋ ਮਰਜ਼ੀ ਪਾਵਾਂ ਸਹੀ ਗੱਲ ਇਹ ਤੇ ਇਸ ਤੁਹਾਡਾ ਸੀਣਾ ਨਾ ਜੀ ਮੇਰਾ ਸੀਣਾ ਹੈ ਤੁਹਾਡਾ ਆਪਣਾ ਸੂਟ ਹੈ ਇਹ ਮੇਰਾ ਆਪਣਾ ਸੂਟ ਹੈ ਮੈਂ ਨਹੀਂ ਸੀ ਯਾਰ ਕਿਉਂ ਨਹੀਂ ਸੀਣਾ ਵਜਾ ਉਹ ਭਾਜੀ ਤੁਸੀਂ ਵੇਖੋ ਤੇ ਸਹੀ ਨਾ ਐਡਾ ਪਿੰਡਾ ਮੈਂ ਕਿੱਥੋਂ ਲਿਆਵਾਂ ਪਹਿਲੇ ਤੇ ਮਤਲਬ ਮੇਰੀ ਮਸ਼ੀਨ ਹੈ ਭਾਜੀ ਕਮਜ਼ੋਰ ਜੀ ਮੇਰੀ ਸੁਣ ਲਓ ਗੱਲ ਪਹਿਲੇ ਕਮੀਜ਼ ਮਸ਼ੀਨ ਹੈ ਜਿਹੜੀ ਮੇਰੀ ਕਮਜ਼ੋਰ ਤੁਹਾਡੀ ਕਮੀਜ਼ ਉੱਤੇ ਸਿੱਤੀ ਨਹੀਂ ਜਾਣੀ ਮੇਰੀ ਮਸ਼ੀਨ ਨੂੰ ਪੈ ਜਾਣੀ ਖੱਲੀਆਂ ਠੀਕ ਹੈ ਉਹ ਭਾਜੀ ਇੰਨਾ ਸਫ਼ਰ ਉਹਦੇ ਕੋਲ ਹੋਣਾ ਹੀ ਨਹੀਂ ਜਿੱਡਾ ਤੁਸੀਂ ਮਾਸ਼ਾਅੱਲਾ ਵਜੂਦ ਲਈ ਫਿਰਦੇ ਜੇ ਇਹਨੂੰ ਲੋਹੇ ਦੀ ਤਾਰ ਨਾਲ ਸੀਣਾ ਕਿਹੜਾ ਤੇਰੀ ਮਸ਼ੀਨ ਕਮਜ਼ੋਰ ਹੈ ਭਾਜੀ ਪਤਾ ਕੀ ਸੌਰੀ ਮਾਫੀ ਚਾਹੁੰਦੇ ਅੱਗੇ ਅੱਛਾ ਤੇ ਸੂਟ ਤੁਹਾਡਾ ਹੈ ਇਹ ਮੇਰਾ ਅੱਛਾ ਜੀ ਹਾਂਜੀ ਤੇ ਬਿਹਤਰੀਨ ਜਿਹਾ ਕਰਕੇ ਸੀਣਾ ਤੇ ਬੈਨ ਲਾਣਾ ਹੈ ਤੇ ਕਾਲਰ ਨਾ ਲਾ ਦੇਈ ਉੱਤੇ ਅੱਛਾ ਉਹ ਮੈਨੂੰ ਇੱਥੇ ਕਰਕੇ ਚੁੱਭਦਾ ਤੇ ਮੈਨੂੰ ਫਿਰ ਉਹ ਸੋਹਣਾ ਨਹੀਂ ਲੱਗਦਾ ਠੀਕ ਹੈ ਭਾਜੀ ਤੇ ਸੂਟ ਤੁਹਾਡਾ ਹੈ ਭਾਜੀ ਮੇਰਾ ਹੋਰ ਕਿੰਦਾ ਹੈ ਅੱਛਾ ਇਹ ਭਾਜੀ ਕੱਪੜੇ ਦੇ ਹਿਸਾਬ ਨਾਲ ਤੁਸੀਂ ਇੱਕ ਸਾਈਡ ਤਾਂ ਸਵਾਣਾ ਇਧਰ ਵਾਲਾ ਪੂਰਾ ਕਪੜਾ ਮੇਰੇ ਨਾਪ ਦਾ ਹੈਗਾ ਤੇ ਭਾਜੀ ਇਹ ਕਪੜਾ ਆਉਣਾ ਹੀ ਨਹੀਂ ਤੁਹਾਡੇ ਪੂਰਾ ਵੇਖੋ ਤੁਸੀਂ ਨਾ ਕਿੰਨਾ ਆਉਣਾ ਵਜਾ ਕਿੰਨਾ 4 ਮੀਟਰ ਕਪੜਾ ਹੈਗਾ ਤੇ ਤੁਹਾਡਾ ਤੇ ਮਾਸ਼ਾਅੱਲਾ 4 ਮੀਟਰ ਫਰੰਟ ਫਰੰਟ ਹੀ ਆਉਂਦੇ ਆ ਉਹ ਨਹੀਂ ਫਰੰਟ ਫਰੰਟ ਆਂਦਾ ਪੂਰਾ ਕਪੜਾ ਹੁੰਦਾ ਐਵੇਂ ਹੁਣ ਤੁਸੀਂ ਆਪਣਾ ਕਪੜਾ ਵੱਧ ਮੰਗਾ ਕੇ ਤੇ ਆਪਣੇ ਨਿੱਕੇ ਮੁੰਡੇ ਦਾ ਤੁਸੀਂ ਸੂਟ ਸੀ ਲੈਂਦੇ ਹੋ ਨਹੀਂ ਨਹੀਂ ਭਾਜੀ ਉਹ ਪੁਰਾਣੇ ਜੀ ਦੀ ਆਦਤ ਹੁੰਦੀ ਹੈ ਮੇਰਾ ਭਰਾ ਉਹ ਪੁਰਾਣੇ ਦੌਰ ਹੁੰਦੇ ਸੀ ਤੁਹਾਡਾ ਸੂਟ ਹੈ ਨਾ ਭਾਜੀ ਮੇਰਾ ਹੀ ਹੈਗਾ ਤੇ ਤੁਸੀਂ ਮੇਰੇ ਕੋਲ ਸਵਾਣ ਆਏ ਹੋ ਤੇ ਹੋਰ ਕਿਹਦੇ ਕੋਲ ਸਵਾਣਾ ਮੈਂ ਨਹੀਂ ਸੀਣਾ ਪਰ ਯਾਰ ਕਿਉਂ ਨਹੀਂ ਸੀਣਾ ਹੈਗਾ ਉਹ ਭਾਜੀ ਮੇਰੇ ਕੋਲ ਹੋਰ ਬੜੇ ਕੰਮ ਨੇ ਜੀ ਇਸੇ ਲੱਗੇ ਰਵਾਂ ਮੈਂ ਭਾਜੀ ਗੱਲ ਸੁਣ ਇੱਧਰ ਮੇਰੀ ਗੱਲ ਸੁਣ ਵੀਰੇ ਹਾਂਜੀ
ਕਿੰਨੇ ਜਿਹੜੇ ਤੇਰੀ ਹੈਗੀ ਇਹਦੀ ਸਿਲਾਈ ਕਿੰਨੀ ਹੈ ਭਾਜੀ ਮੈਂ 800 ਰੁਪਏ ਵੀ ਲੈਣਾ 900 ਵੀ ਲੈਣਾ 1000 1200 ਦਾ ਵੀ ਸੂਟ ਹੈਗਾ ਅੱਛਾ ਮੈਂ 100 ਰੁਪਏ ਉੱਤੇ ਦੇਾਂਗਾ ਅੱਛਾ ਤੇ ਸੂਟ ਮੇਰਾ ਸੀਦਾ ਜ਼ਰਾ ਸੁਣਾਇਆ ਕਰਕੇ ਤੇਰੀ ਮਿਹਰਬਾਨੀ 100 ਰੁਪਏ ਵੱਧ ਦਿਓਗੇ ਹਾਂ ਲੈ ਵੇਖੇ ਹੋ ਮਿਹਰਬਾਨੀ ਵਿਆਹ ਹੈਗਾ ਅੱਗੇ 100 ਰੁਪਏ ਵੱਧ ਮਿਲਣਾ ਨਾ ਤੇ ਮੈਂ ਨਹੀਂ ਸੀਣਾ ਤੁਹਾਡੀ ਮਿਹਰਬਾਨੀ ਯਾਰ ਮੇਰੀ ਸੁਣ ਗੱਲ ਮੇਰੀ ਮਜਬੂਰੀ ਨੂੰ ਸਮਝ ਮੇਰਾ ਅੱਗੇ ਯਾਰ ਦਾ ਵਿਆਹ ਹੈ ਤੇ ਪਿੱਛੇ ਦਿਨ ਰਹਿ ਗਏ ਨੇ ਤਿੰਨ ਅੱਛਾ ਤੇ ਤਿੰਨਾਂ ਦਿਨਾਂ 'ਚ ਮੈਨੂੰ ਇਹ ਸੂਟ ਚਾਹੀਦਾ ਤੇਰੀ ਮਿਹਰਬਾਨੀ ਵੇਲਾ ਮਿਹਨਤ ਤਰਲਾ ਕਿਸੇ ਦਾ ਮੰਨ ਲਈਦਾ ਹੁੰਦਾ ਭਾਜੀ ਇਹ ਨਹੀਂ ਕਰੀਦਾ ਹੁੰਦਾ ਐ ਲੈ ਸੀਦੇ ਮੇਰਾ ਭਰਾ ਦੋਸਤ ਦਾ ਵਿਆਹ ਉੱਥੇ ਜਾਣਾ ਤੁਸੀਂ ਹਾਂਜੀ ਸੂਟ ਭਾਜੀ ਮੈਂ ਤੁਹਾਡਾ ਸੀ ਦਿੰਦਾ ਲੇਕਿਨ ਜਿੰਨਾ ਟਾਈਮ ਲੱਗਣਾ ਤੁਹਾਡੇ ਦੋਸਤ ਨੂੰ ਤਲਾਕ ਹੋ ਜਾਣੀ ਉਨੀ ਦੇਰ ਤੱਕ ਕੀ ਮਤਲਬ ਤੁਹਾਡਾ ਸੂਟ ਸੀਨ ਵਾਸਤੇ ਤਕਰੀਬਨ ਕਮ ਸੇ ਕਮ ਅਗਰ ਹਿਸਾਬ ਲਾਈਏ ਮੈਂ ਦਿਨ ਰਾਤ ਮਿਹਨਤ ਕਰਾਂ ਤੇ 1 ਸਾਲ ਲੱਗਣਾ ਭਾਜੀ इजाजत काम करन लगे वड्डियां को इजाजत लैनी पैंदी फोन नहीं लैनी मैनूं आप जाना पैणा सुणिया ओह रहिंदे ने लाड़काने लाड़काना अंदर करके पिंड है अपना सखर देखा पुराना सखर तुसी उतो मुड़ के जाओ ना अंदर आंदा पनवा अकल पनवा दे विच मेरे रहंदे ने उन वड्डे उन्हां को मैं लेनी इजाजत ठीक है ते 4-5-10 दिन ते लग जाने मैनू उत्थे अच्छा ते फिर उन्होंने अगर इजाजत ना दिती ते फिर मैं माफी चाहना मैं सूट नहीं सी सकदा तो उन्होंने इजाजत क्यों नहीं देनी तेरी रोजी रोटी दा मामला हैगा तेरा हुनर है नहीं पाजी क्यों नहीं देनी हैगी नहीं एडे एडे कपड़े सीन दा मेरा ऑर्डर ही नहीं मेनू हैगा चलो जी 8 दिन ला लो जी तां उथे आन जान दा ठीक है 8 दिन बाद 2 दिन ला लो 10 दिन सूट दे दे ते 8 दिन तों पहले पाजी मेनू फिर उथे इह वी पुछणा पैणा कोई मतलब किसे दा विआह किसे दी शादी किसे दे घर बच्चा होणा किसे दा कोई शुगल मेला रौनक मेला ताकि अगर है ते मैं उह भुगता के फिर सूट शुरू करा क्योंकि जो तुहाडा सूट मैं कर देना ना शुरू फिर मेरे को हिलिया नहीं जाना मेरे को किते जाया नहीं जाना विच भाजी एडा वड्डा सूट है तुहानू पता तुहानू नहीं अपनी ताकत दा ही नहीं अंदाजा तुहानू अपने जिस्म दा ही नहीं अंदाजा मेरी सुन गल हां जी बुजुर्गों को लीला इजाजत मैं तैनू नहीं रोकदा चलो मैं इस व्यादरी दे अगे मेरे एक होर यार दा व्याह मैं उत्थे पा लांगा हां हां लेकिन मेरा भरा मेनू 10 दिन ये सूट दे अच्छा ठीक है चलो जी एक दिन जेड़ा ना तू ला ले हिसाब अपना जेड़ा खुशी कमी तू वेखनी ओ कर ले हां ठीक है ना 11 दिन ते सूट यकीन मान लै के तेरे से बड़ी मुश्किल खड़ी हो जानी है अच्छा ते फिर तू जिहड़ा अपने वड्डियां नूं भी लै के आना ते उत्थे मिंदा कर दियां ते फिर मैं सुन नहीं कोई नहीं भाजी अगर तुसीं कोई वड्डे बंदे हो ते मैनूं माफ कर देना मैं तुहाडे कोल कपड़े सी तेरी मेहरबानी हां जी फड़ कपड़े सी ठीक है भाजी 1,25,000 रुपया होएगा जी तुहाडे सूट दा 1,25,000 रुपया वजह पता भाजी मैं 14 देगा सुखियां ਤੇ ਜਦੋਂ ਮੈਂ ਤੁਹਾਡਾ ਸੂਟ ਸੀ ਕਿ ਮੁਕੰਮਲ ਕਰਾਂ ਮੈਂ 14 ਦੇਗਾਂ ਦੇਵਾਂਗਾ ਅੱਛਾ ਜੀ ਉਹਨਾਂ ਦੇ ਪੈਸੇ ਪਾ ਲਓ ਤੁਸੀਂ ਫਿਰ ਮੈਂ ਜਾਣਾ ਦੂਰ ਜਿਹੜੇ ਸਾਡੇ ਇਲਾਕਿਆਂ ਦੇ ਦਰਬਾਰ ਨੇ ਨਾ ਬਜ਼ੁਰਗ ਸਾਰੇ ਉੱਥੇ ਸਲਾਮ ਕਰਨ ਮੈਂ ਜਾਣਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕਿ ਮੈਂ ਸੂਟ ਸੀਨ 'ਚ ਕਾਮਯਾਬ ਹੋ ਗਿਆ ਠੀਕ ਹੈ ਭਾਜੀ ਉਸ ਤੋਂ ਬਾਅਦ ਕਿੰਨੀ ਮਿਹਨਤ ਮੈਨੂੰ ਕਰਨੀ ਪੈਣੀ ਹੈ ਅਤੇ ਖਰਚਾ ਤਾਂ ਮੇਰਾ ਸਾਰਾ ਉੱਥੇ ਹੋ ਜਾਣਾ ਇਹ 1,25,000 ਰੁਪਇਆ ਜਿਹੜਾ ਮੈਂ ਤੁਹਾਡੇ ਕੋਲ ਲੈ ਰਿਹਾ ਨਾ ਜਨਾਬ ਇਹਦੇ ਵਿੱਚੋਂ ਵੀ 25-30,000 ਮੇਰਾ ਕੋਲੋਂ ਪੈ ਜਾਣਾ ਇਹ ਸੂਟ ਮੁਕੰਮਲ ਕਰਦਿਆਂ ਯਾਨੀ ਕਿ ਤੇਰਾ ਕਹਿਣ ਦਾ ਮਤਲਬ ਇਹ ਹੈ ਕਿ ਸੂਟ ਮੈਂ ਦੇ ਕੇ ਜਾਵਾਂ ਹਾਂਜੀ ਤੇ ਲੈਣ ਮੇਰਾ ਮੁੰਡਾ ਆਵੇ ਹਾਂ ਮੁੰਡਾ ਵੀ ਆ ਜਾਵੇ ਤੇ ਉਹ ਵੀ ਮੁੰਡਾ ਕਿੱਥੋਂ ਆਇਆ ਹਲੇ ਤਾਂ ਮੇਰਾ ਵਿਆਹ ਹੀ ਨਹੀਂ ਹੋਇਆ ਮੁੰਡਾ ਵੀ ਮੈਨੂੰ ਸੂਟ ਸੀ ਕਿਤੇ ਤਮਾਸ਼ੇ ਨਾਲ ਲਾ ਡਰਾਮੇ ਨਾਲ ਲਾ ਮੁੰਡਾ ਵੀ ਐਡਾ ਹੀ ਮੈਂ ਤਾਂ ਕਹਿੰਦਾ ਮੇਰਾ ਵਿਆਹ ਹੀ ਨਹੀਂ ਆਇਆ ਤੇ ਹਲੇ ਮੁੰਡਾ ਕਿੱਥੋਂ ਆ ਗਿਆ ਐਡਾ ਚਲੋ ਭਾਜੀ ਮੈਂ ਕੋਸ਼ਿਸ਼ ਕਰਨਾ ਜਨਾਬ ਹਾਂਜੀ ਅਜੇ ਇੱਕ ਫੀਤੇ 'ਚ ਨਹੀਂ ਪੂਰਾ ਆ ਰਿਹਾ ਹੁਣ ਮੈਂ ਕੀ ਕਰਾਂ ਇੱਥੇ ਬਾਹਰ ਆ ਕੇ ਨਹੀਂ ਨਾ ਤੈਨੂੰ ਪੂਰਾ ਆਵਾਂਗਾ ਨਾ ਇਹ ਕੀ ਗੱਲ ਹੋਈ ਕਰਨ ਵਾਲੀ ਬਈ ਇੱਥੇ ਹੱਥ ਰੱਖ ਜਾ ਆਪਣਾ ਢਿੱਡ ਘੁਮਾ ਜ਼ਰ ਕੁਛ ਲੈ ਘੁੰਮ ਐਂਡ ਆ ਚੱਕਰ ਕੱਢ ਚੱਕਰ ਹੈਲੋ ਇਹ ਮੁੱਕ ਗਿਆ ਨਾ ਹੁਣ ਮੈਂ ਕੀ ਕਰਾਂ ਕਿੱਥੋਂ ਲਵਾਂ ਨਾਪ ਹੈਗਾ ਤੂੰ ਗੱਲਾਂ ਕਰਨਾ ਨਾਪ ਦੇਣ ਨੂੰ ਨਾਪ ਮੈਂ ਕਿਵੇਂ ਲਵਾਂ ਭਾਜੀ ਫੀਤਾ ਹੀ ਕੋਈ ਨਹੀਂ ਹੈਗਾ ਤਰਸ ਜੀ ਹੈ ਹੋਰ ਮੈਂ ਕੀ ਹੈ ਜੀਬ ਗੱਲਾਂ ਕਰਨਾ ਹੈ ਮੇਰਾ ਭਰਾ ਤੈਨੂੰ ਮੈਂ ਉਰੇ ਦੋ ਗਿਰੇਬਾਨ ਵੀ ਰੱਖਣਾ ਮੂੰਹ ਨਗਾਉਣ ਲਈ ਹੁਣ ਵਿੱਚ ਵੇਖਾਂ ਤੁਸੀਂ ਨਾ ਕਿੰਨਾ ਵਾਇਆ ਚਾਹੀਦਾ ਤੁਸੀਂ ਭਾਜੀ ਕਮੀਜ਼ ਨੂੰ ਨਾ ਗਿਰੇਬਾਨ ਨਾਲ ਲਵਾਓ ਤੇ ਸ਼ਟਰ ਲਵਾ ਲਓ ਠੀਕ ਹੈ ਉਹ ਇੰਜ ਕਰਕੇ ਚੁੱਕਿਆ ਮੂੰਹ ਵਿੱਚ ਦਿੱਤਾ ਕਰਰ ਕਰਕੇ ਬੰਦ ਕਰ ਦਿੱਤਾ ਫਿਰ ਉਹ ਠੀਕ ਹੋ ਜਾਏਗਾ ਤੁਹਾਡਾ ਸੰਗ ਮੇਰੀ ਸੁਣ ਗੱਲ ਹਾਂਜੀ ਕੱਪੜੇ ਸੀਣੇ ਆਉਂਦੇ ਨਹੀਂ ਨਾ ਹਾਂਜੀ ਹਾਂਜੀ ਮੇਰਾ ਭਰਾ ਕੱਪੜੇ ਸੀਦੇ ਠੀਕ ਹੈ ਮੈਂ ਭਾਜੀ ਉਧਰ ਆ ਤੇਰੀ ਮਿਹਰਬਾਨੀ ਮੇਰਾ ਅੱਗੇ ਦਿਮਾਗ ਖਰਾਬ ਹੋਇਆ ਮੈਂ ਭਾਜੀ ਮਾਪ ਲੈ ਲੈਣਾ ਤੁਹਾਡਾ ਹਾਂਜੀ ਲਵੋ ਤੇ ਜੇ ਹੁਣ ਅੱਲਾ ਨੂੰ ਜੋ ਮਨਜ਼ੂਰ ਹੈ ਫਿਰ ਵੇਖੀ ਜਾਏਗੀ ਜੋ
सूट मेरा लिखा जो थोड़े को हथ रखो मैं भी ना रखो चलो हूं एन घूमो भाजी माशाल्लाह तीरा एक मिनट उधर मूह रखो ਤੁਹਾਡੇ ਪਿੱਛੇ ਖਲੋ ਕੇ ਤਾਂ ਬੰਦਾ ਕੱਪੜੇ ਬਦਲ ਸਕਦਾ ਬਸ ਨਹੀਂ ਮਾਸ਼ਾਅੱਲਾ ਇੰਨੀ ਚੜਾਈ ਹੈਗੀ ਮੇਰਾ ਦਿਮਾਗ ਨਾ ਖਰਾਬ ਕਰ ਕੰਮ ਕਰ ਇੱਕ ਮਿੰਟ ਜੀ ਤੀਰਾ ਸੌਰੀ 115 ਕੱਲਾ 15 ਲਿਖਤਾ ਭਾਜੀ ਮਾਫੀ ਚਾਹੁੰਦਾ ਯਾਰ ਸੂਟ ਖਰਾਬ ਨਾ ਸੀ ਤੇਰੀ ਮਿਹਰਬਾਨੀ ਬੜਾ ਮਹਿੰਗਾ ਸੂਟ ਹੈਗਾ ਭਾਜੀ ਪਰੇ ਮੂੰਹ ਰੱਖੋ ਤੁਹਾਡੀ ਮਿਹਰਬਾਨੀ ਹੈ ਜਰਾ ਇਹ ਕੀ ਲਿਖਿਆ ਜੀ ਭਾਜੀ 115 ਤੇ 5 ਉਹ ਯਾਰ ਤੇਰਾ ਦਿਮਾਗ ਖਰਾਬ ਹੋ ਗਿਆ 115 112 5 ਇਹ ਕੀ ਲਿਖਣਾ ਪਿਆ 120 ਤੇ ਦੂਸਰਾ 22 22 22 ਜਮਾ 44 140 ਯਾਰ ਕੀ ਨਾਪ ਲਈ ਜਾ ਰਿਹਾ ਭਾਜੀ ਹੁਣ ਜਿਹੜਾ ਮੇਰੇ ਹੱਥ ਆਉਣ ਡਿਆ ਮੈਂ ਉਹੀ ਲੈਣ ਡਿਆ ਨਾ ਨਹੀਂ ਹੈ ਤੇ ਗੱਲ ਕਰਨ ਦੀ ਉਸਤਾਦ ਨਾਪ ਤੂੰ ਸਾਰੇ ਗਲਤ ਲੈ ਰਿਹਾ ਤੇ ਸੂਟ ਇਸੇ ਗਲਤ ਸਿਲ ਗਿਆ ਤੇ ਮੈਂ ਤੈਨੂੰ ਕਹਿੰਦਾ ਬੜਾ ਕੰਮ ਗਲਤ ਹੋ ਜਾਣਾ ਹੀ ਘੁੰਮ ਜਾ ਤੂੰ ਇਹ ਕੀ ਦੋਵੇਂ ਫੀਤੇ ਕੀ ਮਤਲਬ ਸਾਇਜ਼ ਹੈ ਤੁਹਾਡਾ ਭਾਜੀ ਕਾਹਦਾ ਦੋਵੇਂ ਫੀਤੇ ਇਹ ਮੇਰੇ ਘੇਰੇ ਦਾ ਸਾਇਜ਼ ਹਾਂਜੀ ਯਾਰ ਕੀ ਕਰਨਾ ਪਿਆ ਤੂੰ ਤੀਰਾ ਭਾਜੀ ਬਖਾ ਤੀਰਾ ਕਿੰਨੇ ਰੇ ਨਾਮ ਲੈਣੇ ਤੀਰੇ ਦਾ ਤੀਰਾ 940 ਉਸਤਾਦ 940 ਮੈਨੂੰ ਨਾ ਤੀਰਾ ਲੱਗਣਾ ਤੂੰ ਤੈਨੂੰ ਤੀਰੇ ਦੀ ਵੇਖਣਾ ਵੀ ਪਤਾ ਨਹੀਂ ਮੂੰਹ ਦਾ ਕੋਣ ਨਾਪ ਲੈਂਦਾ ਇਹ ਭਾਜੀ ਗਿਰੇ ਬਾਂਝ ਨੰਗਾਉਣਾ ਨਹੀਂ ਮੂੰਹ ਤੁਸੀਂ ਮੂੰਹ ਦਾ ਗਿਰੇ ਪਾਉਣ ਲੈਂਦਾ ਤੈਨੂੰ ਤਮੀਜ਼ ਨਹੀਂ ਤੂੰ ਕਦੀ ਕੱਪੜੇ ਨਹੀਂ ਸਵਾਏ ਯਾਰ ਕੱਪੜੇ ਮੈਂ ਆ ਕੇ ਮੇਰਾ ਸਵੇਰੇ ਸਵੇਰੇ ਟਾਈਮ ਜ਼ਾਇਆ ਕਰਨ ਲੱਗ ਪਿਆ ਚੁੱਕ ਕੱਪੜਾ ਮੈਂ ਨਹੀਂ ਸਿੰਦਾ ਐਲਾ ਫੜ ਯਾਰ ਅੱਛਾ ਮੇਰੀ ਗੱਲ ਸੁਣ ਤੂੰ ਤੇਰੀ ਗੱਲ ਸੁਣਾ ਤੇਰੀ ਮਿਹਰਬਾਨੀ ਯਾਰ ਤੇਰੀ ਕੋ ਸੁਣਾ ਯਾਰ ਮੈਂ ਸਿੰਨਾ ਨਹੀਂ ਭਾਈ ਐਸਏਸੀ ਯਾਰ ਕੱਪੜੇ ਸੀ ਯਾਰ ਕੱਪੜੇ ਸੀ ਇਹ ਤੇਰਾ ਆਪਣਾ ਸੂਟ ਗਲਤ ਸੂਟ ਸੀਤਾ ਨਾ ਤੇ ਫੇਰ ਵੇਖੀਏ ਮੈਂ ਤੇਰਾ ਕੀ ਹਾਲ ਕਰਦਾ ਨਹੀਂ ਗਲਤ ਕਿਉਂ ਸੀਨਾ ਸਾਡਾ ਇਹ ਕੰਮ ਹੈ ਇਹ ਤੁਹਾਡਾ ਸੂਟ ਹੈ ਨਾ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਬਚਾਣਾ ਨਹੀਂ ਹੈ ਕਿਸੇ ਨੇ ਮੇਰੇ ਕੋਲੋਂ ਸਹੀ ਇਹ ਸੂਟ ਤਾਂ ਮੈਂ ਤੈਨੂੰ ਦੱਸਾਂ ਲੱਗਦਾ ਐਸਾ ਲੱਗੇ ਨਵਾਂ ਆਇਆ ਜੀ ਜੀ ਭਾਜੀ ਬਾਲ ਤੂੰ ਥੋੜੀ ਦੇਰ ਸੂਟ ਤੁਹਾਡਾ ਹੈ ਨਾ ਮੇਰਾ ਮੈਂ ਨਹੀਂ ਸੀਣਾ ਫਿਰ ਮਿਹਰਬਾਨੀ ਤੁਹਾਡੀ ਮੇਰੀ ਤਾਂ ਹੁਣ ਜ਼ਿੱਦ ਦੀ ਕੀ ਇਹ ਸੂਟ ਇੱਥੋਂ ਸੀਏਗਾ ਤੇ ਤੇਰੇ ਕੋਲ ਮੈਂ ਸਵਾਣਾ ਹੈ ਤੇ ਮੈਂ ਦੱਸ ਦਿਆਂ ਕੋਈ ਯਾਰ ਤਮੀਜ਼ ਨਾਲ ਗੱਲ ਕਰੇ ਤੇ ਮਾਰਕੀਟ 'ਚ ਬੈਠਾ ਸਾਰੀ ਮਾਰਕੀਟ ਨੇ ਤੈਨੂੰ ਫੜ ਲੈਣੀ ਆ ਗਏ ਮੇਰੀ ਸੁਣ ਗੱਲ ਓਏ ਹਾਂ ਇਹ ਸੂਟ ਤੂੰ ਸੀਏਗਾ ਹਾਂ ਤੇ 2 ਦਿਨਾਂ ਦੇ ਵਿੱਚ ਤੂੰ ਮੈਨੂੰ ਸੂਟ ਦੇਏਗਾ ਤੇ ਯਕੀਨ ਕਰ ਲੈ ਜੇ ਤੂੰ ਸੂਟ ਨਾ ਮੈਨੂੰ ਦਿੱਤਾ ਉਸਤਾਦ ਮੈਂ ਤੇਰਾ ਉਹ ਹਸ਼ਰ ਕਰਨਾ ਨਾ ਕਿ ਤੂੰ ਸਾਰੀ ਜ਼ਿੰਦਗੀ ਪਛਤਾਏਗਾ ਇਹ ਸੂਟ ਤੁਹਾਡਾ ਹੈ ਨਾ ਹਾਂਜੀ ਮੇਰਾ ਮੈਂ ਨਹੀਂ ਸੀ ਜਾ ਮੇਰਾ ਭਰਾ ਮੇਰੀ ਸੁਣ ਗੱਲ ਇਹ ਸੂਟ ਸੀ ਫੜ ਮੈਂ ਕਿਸੇ ਨੂੰ ਤੈਨੂੰ ਅੱਗੇ ਕਹਿ ਦੇ ਸੀਣਾ ਤੂੰ ਇਹ ਸੂਟ ਤੂੰ ਹੀ ਸੀਏਗਾ ਤੇਰੇ ਵੱਡੇ ਵੀ ਸੀਣਗੇ ਲਾੜ ਕਾਨੇ ਚੂੜ ਕਾਨੇ ਉਹਦੇ ਪਤਾ ਨਹੀਂ ਥਾੜ ਕਾਨੇ ਵਾਲੇ ਤਮੀਜ਼ ਨਾਲ ਗੱਲ ਕਰ ਤੈਨੂੰ ਮੈਂ ਦੱਸਾਂ ਹੁਣ ਮੈਨੂੰ ਹੱਥ ਨਾ ਚੁੱਕੀ ਮੇਰੇ ਤੇ ਹੱਥ ਨਾ ਚੁੱਕੀ ਤੂੰ ਕੀ ਬਦਮਾਸ਼ ਹੈ ਮੇਰੀ ਦੁਕਾਨ ਚ ਆ ਕੇ ਮੈਨੂੰ ਦੱਸਾਂ ਆ ਬਾਹਰ ਆ ਮੈਂ ਤੈਨੂੰ ਦੱਸਾਂ ਬਾਹਰ ਆ ਨਿਕਲ ਬਾਹਰ ਆ ਬਾਹਰ ਆ ਮੈਂ ਤੈਨੂੰ ਦੱਸਾਂ ਹਾਂ ਕੀ ਬਦਮਾਸ਼ ਹੈ ਤੂੰ ਦੱਸ ਮੈਨੂੰ ਤੂੰ ਦੁਕਾਨ ਤੇ ਆ ਕੇ ਤੜੀਆਂ ਲਾਉਣ ਨਹੀਂ ਸੀ ਤਾਂ ਮੈਂ ਤੇਰਾ ਸੂਟ ਸੀਏਗਾ ਤੇਰਾ ਵੱਡਾ ਵੀ ਤੂੰ ਨਹੀਂ ਮਾਰਾ ਤੇ ਰਿੰਗ ਮੈਂ ਲੱਤਾਂ ਭਾਂਜਣੀਆਂ ਉਸਤਾਦ ਜੀ ਇੱਥੇ ਤੁਹਾਡਾ ਮੁੰਡਾ ਸ਼ਗਿਰਦ ਉਹਨੇ ਮੈਨੂੰ ਨਾ ਉਹ ਬਦਤਮੀਜ਼ੀ ਕੀਤੀ ਉਹ ਤਾਂ ਮੈਨੂੰ ਮਾਰਿਆ ਇੱਕ ਸੂਟ ਸਵਾਣਾ ਸੀ ਮੈਂ ਕਿਹੜਾ ਸੂਟ ਮੈਂ ਆਪਣਾ ਸੂਟ ਮੰਨਣਾ ਨਹੀਂ ਹੈਗਾ ਅੱਛਾ ਤੇ ਮੈਂ ਹੀ ਹੁੰਦਾ ਮੁੰਡਾ ਮੰਡਾ ਕੀ ਹੁੰਦਾ ਉਸਤਾਦ ਜੀ ਮੈਨੂੰ ਉਹਨੇ ਤੇ ਕੁੱਟਿਆ ਤੁਹਾਡੀ ਇਹ ਫੁੱਟੇ ਦੇ ਨਾਲ ਆਪਣਾ ਛਾਪਰ ਤੇ ਚੱਲ ਲੱਗੇ ਹੋ ਅੱਛਾ ਨਹੀਂ ਕੋਈ ਵੀ ਹੈਗਾ ਮੁੰਡਾ ਮੈਂ ਇੱਥੇ ਹੁੰਦਾ ਮੇਰੇ ਤੋਂ ਬਗੈਰ ਤੂੰ ਕਿਹਨੂੰ ਦੇ ਗਿਆ ਉਸਤਾਦ ਜੀ ਇੱਥੇ ਖਲੋਤਾ ਸੀ ਇੱਕ ਨਿੱਕਾ ਜਿਹਾ ਮੁੰਡਾ ਕੰਮ ਕਰੋ ਆਪਣਾ ਜਾ ਕੇ ਭਾਈ ਸੂਟ ਸਵਾਣਾ ਹੀ ਮੋਟੇ
मोटे।